today's vlog, guys. I'm starting my vlog here in Agra. We came from Udaipur to Agra last night and it took us about 12 to 13 hours. When I came in the hotel, I passed out. And now we are heading to one of the seven wonders of the world, which is Taj Mahal. I'm dying to see Taj Mahal. For the past few years, I came here in India and now I finally got the chance to see Taj Mahal. And we're heading to Taj Mahal now. So, ਦੂਸਰਾ ਦਿਨ ਆ ਉਦੇਪੁਰ ਤੋਂ ਆ ਕੇ ਸਿੱਧੇ ਆਗਰਾ ਟੂਰ ਖਤਮ ਹੋਣੇ ਹੁੰਦਾ ਜੁੱਤੀ ਭਾਈ ਦਾ ਵੀ ਹੈ ਨਾ ਭਾਈ ਤੇ ਉਹ ਜਿਹੜੀ ਗੱਡੀਆਂ ਆ ਗੱਡੀਆਂ ਨੂੰ ਕੀ ਕਹੋਗੇ ਭਲਾ ਇਹਨੂੰ ਇਹ ਸਾਨੂੰ ਉੱਥੋਂ ਦਾ ਇੱਥੇ ਤੱਕ ਛੱਡ ਕੇ ਆਉਂਦੇ ਉਦਾਂ ਨਾਰਮਲ ਗੱਡੀਆਂ ਛੱਡ ਕੇ ਆ ਸਕਦੇ ਸੀ ਨਾਰਮਲ ਅੱਜ ਸਖਤਾਈ ਕਾਫੀ ਜ਼ਿਆਦਾ ਕਿਉਂਕਿ ਅੱਜ ਉਹ ਤਾਂ ਹੈ ਨਾ ਇਲੈਕਸ਼ਨ ਹੈ ਟੈਕ ਵੀ ਫ੍ਰੀ ਆ ਸੱਚ ਅੱਜ ਕਹਿੰਦੇ ਟੈਕ ਫ੍ਰੀ ਆ ਅੱਜ ਤੋਂ ਦੀ ਐਂਟਰੈਂਸ ਹੁੰਦੀ ਆ ਇੱਥੋਂ ਉਹ ਗੇਟ ਦਾ ਅੰਦਰ ਵੜ ਕੇ ਗਰਮੀ ਜੀ ਬਹੁਤ ਹੈ ਯਾਰ ਪੰਜਾਬ ਨਾਲੋਂ ਤਾਂ ਕਾਫੀ ਗਰਮੀ ਹੈ ਆਗਰੇ ਪੰਜਾਬ ਯਾਰ ਇਦਾਂ 30 ਡਿਗਰੀ ਤੇ 34-35 ਡਿਗਰੀ ਆ ਬੁੜੀਆ ਦਾ ਐਂਟਰੀ ਗੇਟ ਦੇਖ ਲਓ ਬੁੜੀਆ ਦੇ ਐਂਟਰੀ ਗੇਟ ਤੇ ਕਾਫੀ ਭੀੜ ਲੱਗੀ ਹੋਈ ਆ ਜਮਾ ਕਰਾਣਾ ਹੈ ਸਰ ਥੋੜੀ ਦਿੱਕਤ ਜੀ ਆ ਗਈ ਟ੍ਰਾਈਪੋਡ ਕਹਿੰਦੇ ਜਮਾ ਕਰਾਉਣਾ ਆ ਅਲਾਊਡ ਨਹੀਂ ਅੰਦਰ ਲੈ ਕੇ ਜਾਣ ਲਈ ਪਤਾ ਨਹੀਂ ਯਾਰ ਕੀ ਚੱਕਰ ਹੈ ਟ੍ਰਾਈਪੋਡ ਦਾ ਸਾਰੇ ਕਿੰਨੇ ਮਨਾ ਕਰਦੇ ਪਏ ਆ ਇੱਥੇ ਹੁਣੇ ਭਾਜੀ ਮੇਰੇ ਸਾਹਮਣੇ ਐਂਡ ਚੋਰ ਬਜ਼ਾਰੀ ਹੋ ਕੇ ਅੱਡੀ ਆ ਜਦੋਂ ਆਪਾਂ ਬਾਥਰੂਮ ਨਹੀਂ ਕਹਿੰਦੇ ਸੀਗੇ ਉੱਥੇ ਲਿਆ ਸੀਗਾ ਇਹਦੇ 5 ਰੁਪਏ ਅਤੇ ਉੱਧਰੋਂ ਆਈ ਕੁੜੀ ਗੋਰੀ ਉਹਨੇ ਬੰਦੇ ਨੇ ਪੁੱਛਿਆ ਕਿ ਕਿੰਨੇ ਪੈਸੇ ਲੱਗਣੇ ਆ ਅਤੇ ਉਹਨੇ ਕਿਹਾ 10 ਰੁਪਏ ਮੇਰੇ ਸਾਹਮਣੇ ਮੈਂ ਟੋਇਲਟ ਦੇਖਿਆ ਮੈਂ ਚੱਲ ਕਿਹਾ ਨਹੀਂ ਕੁਛ ਪਰ ਮੈਂ ਇੱਦਾਂ ਕਹਿੰਦਾ ਮਤਲਬ ਇੰਡੀਆ ਵਿੱਚ ਬਥੇਰੇ ਠੱਗ ਫਿਰਦੇ ਇੱਦਾਂ ਭਰਾਵਾ ਅਸੀਂ ਨਹੀਂ ਗਏ ਅਸੀਂ ਸਹੀ ਹਾਂ ਭਰਾਵਾ ਉਹ ਤਾਜ ਮਹਿਲ ਆ ਜੀ ਅਤੇ ਬੜੀ ਉਹ ਇੱਕ ਕੋਇਨਸੀਡੈਂਸ ਵਾਲੀ ਗੱਲ ਹੋਈ ਆ ਮੰਮੀ ਨੇ ਮੇਰੀ ਮੰਮੀ ਉਹ ਤਾਜ ਮਹਿਲ ਉਦੋਂ ਆਏ ਸੀਗੇ ਜਦੋਂ ਉਹਨਾਂ ਨੇ 10ਵੀਂ ਪੂਰੀ ਕੀਤੀ ਸੀ ਫਿਰ ਮੈਂ ਵੀ ਉਹਦੀ ਤਾਜ ਮਹਿਲ ਆਏ ਜਦੋਂ ਆਪਣੇ 10ਵੀਂ ਪੂਰੀ ਕੀਤੀ ਮੈਂ ਅੱਛਾ ਹੁਣ ਤੁਹਾਨੂੰ ਪੂਰੀ ਹਿਸਟਰੀ ਦੇ ਦਿੰਦੇ ਤੁਹਾਨੂੰ ਤਾਜ ਮਹਿਲ ਬਾਰੇ ਜਿਹੜਾ ਤਾਜ ਮਹਿਲ ਆ ਸ਼ਾਹਜਹਾਂ ਨੇ ਆਪਣੇ ਘਰ ਵਾਲੀ ਵਾਸਤੇ ਬਣਾਇਆ ਸੀਗਾ ਮੁਮਤਾਜ ਮਹਿਲ ਜਿਹੜੀ ਪਰਸ਼ੀਅਨ ਪ੍ਰਿੰਸੈਸ ਆ ਉਹ ਜਿਹੜੀ ਪੂਰੀ ਹੋ ਗਈ ਸੀਗੀ 14ਵਾਂ ਬੱਚੇ ਦੇਣ ਤੋਂ ਬਾਅਦ ਜਿਹੜਾ ਨਾਂ ਸੀ ਗੌਰਵ ਬੇਗਮ ਅਤੇ ਕੰਸਟਰਕਸ਼ਨ ਸ਼ੁਰੂ ਹੋਈ ਸੀਗੀ 1632 ਅਤੇ 1643 ਤੱਕ ਪੂਰਾ ਬਣ ਗਿਆ ਸੀਗਾ ਤਾਜ ਮਹਿਲ ਜਿਹੜਾ ਗਾਰਡਨ ਆ ਇਹਨੂੰ ਲੱਗੇ ਸੀਗੇ 5 ਸਾਲ ਪੂਰੇ ਬਣਨ ਨੂੰ ਇਹ ਹਿਸਾਬ ਨਾਲ ਬਈ ਥੋੜ੍ਹੇ ਆਉਣ ਵਾਲੇ ਸਮੇਂ ਤੱਕ ਕੋਈ ਨਾ ਕੋਈ ਮਿਲ ਤਾਜ ਮਹਿਲ ਤਾਂ ਬਣਾਊਗਾ ਜੀ ਭਾਜੀ ਦੱਸਿਓ ਕੀ ਹੋਇਆ ਜਦੋਂ 14 ਨਿਆਣੇ ਹੋਏ ਆ ਇਹਦੇ ਅਸਲ 'ਚ ਜਨਸੰਖਿਆ ਉਦੋਂ ਤਾਂ ਇੰਡੀਆ ਦੀ ਵਧਣ ਲੱਗੀ ਪਾਪੂਲੇਸ਼ਨ ਅੱਛਾ ਉਹ ਇੱਧਰ ਕੰਸਟਰਕਟ ਹੁੰਦਾ ਪਿਆ ਸੀਗਾ ਤਾਜ ਮਹਿਲ ਉਦੋਂ 1000 ਹੱਥ ਸੀਗੇ ਟਰਾਂਸਪੋਰਟ ਕਰਨ ਲਈ ਮਟੀਰੀਅਲ ਜਿੱਦਾਂ ਹੁਣ ਮਟੀਰੀਅਲ ਤਾਜ ਮਹਿਲ ਬਣਾਉਣ ਲਈ ਕਮ ਸੇ ਕਮ 1000 ਹੱਥੀ ਸੀਗੇ ਅਤੇ 22000 ਮਿਸਤਰੀ ਸੀਗੇ ਲੇਬਰ ਸੀਗੇ ਪੂਰਾ ਤਾਜ ਮਹਿਲ ਬਣਾਉਣ ਲਈ ਉਹਨਾਂ ਦਾ ਕਰਕੇ ਹੁਣ ਸੜਕਾਂ ਦੇ ਛੋਟੇ ਹੱਥੀ ਭੱਜੇ ਫਿਰਦੇ ਕਿੰਨੇ ਆਪਣੇ ਆਪਣੇ ਬੰਦੇ ਨਾਲ ਜਾ ਰਹੇ ਇੱਥੇ ਗੋਰੇ ਕਿੰਨੇ ਘੁੰਮਦੇ ਆ ਕਾਫੀ ਵਧੀਆ ਜਗ੍ਹਾ ਆ ਤਾਜ ਮਹਿਲ ਆ ਕੇ ਇੱਥੇ ਦੇਖੋ ਘੁੰਮੋ ਸੈਰ ਸੂਰ ਕਰੋ ਜਿੱਦਾਂ ਕਿ ਹਿਸਟਰੀ ਵਿੱਚ ਕਿਹਾ ਗਿਆ ਕਿ ਜਦੋਂ ਤਾਜ ਮਹਿਲ ਪੂਰਾ ਬਣ ਗਿਆ ਸੀਗਾ ਜਦੋਂ ਪੂਰਾ ਤਾਜ ਮਹਿਲ ਬਣ ਗਿਆ ਸੀਗਾ ਉਹਨਾਂ ਦੇ ਹੱਥ ਕੱਟਿਆ ਨਾ ਜਿਹਨਾਂ ਨੇ ਪੂਰਾ ਤਾਜ ਮਹਿਲ ਬਣਾਇਆ ਤਾਂ ਕਿ ਕੋਈ ਹੋਰ ਤਾਜ ਮਹਿਲ ਬਣਾਉਣ ਹੁਣ ਮੈਨੂੰ ਲੱਗਦਾ ਆ ਇਹਨਾਂ ਦੇ ਵੀ ਹੱਥ ਕੱਟੇ ਜਾਣਗੇ ਹੁਣ ਥੋੜ੍ਹੇ ਚਿਰ ਤੱਕ ਜਸਟ ਟੂ ਗਿਵ ਅ ਬੇਸਿਕ ਇਨਫੋਰਮੇਸ਼ਨ ਦੈਟ ਦ ਹੋਲ ਤਾਜ ਮਹਿਲ ਇਜ਼ ਬੀਨ ਮੇਡ ਬਾਈ ਮਾਰਬਲ ਐਂਡ ਦ ਮਾਰਬਲ ਵਾਸ ਬੀਨ ਬ੍ਰੌਟ ਹੇਅਰ ਫਰੋਮ ਰਾਜਸਥਾਨ ਅੱਛਾ ਇੱਕ ਨਵੀਂ ਚੀਜ਼ ਪਤਾ ਲੱਗੀ ਆ ਸਾਨੂੰ ਅੱਜ ਜੇ ਤੁਸੀਂ ਅੰਦਰ ਤਾਜ ਮਹਿਲ ਜਾਣਾ ਹੋਵੇ ਜਾਂ ਫਿਰ ਤੁਹਾਨੂੰ ਜੁੱਤੇ ਉਤਾਰਨੇ ਪੈਣੇ ਆ ਜਾਂ ਫਿਰ ਇੱਧਰ ਹੀ ਤੁਹਾਨੂੰ ਫੁੱਟਵੇਅਰ ਜੇ ਪਾਉਣੇ ਪੈਣੇ ਆ ਪਾ ਕੇ ਦਿਖਾਉਣੇ ਪਾ ਕੇ ਇੱਦਾਂ ਪੈਣਾ ਹੈ ਇਹ ਸ਼ਾਇਦ ਤਾਂ ਇਸ ਲਈ ਪਾਉਂਦੇ ਹੋਣੇ ਤਾਂ ਕਿ ਉਹਦਾ ਮਾਰਬਲ ਨਾ ਖਰਾਬ ਹੋਵੇ ਇਹ ਹੋਣਾ ਜਦੋਂ ਆਪਾਂ ਉਸ ਸਾਈਡ ਤੋਂ ਤਾਜ ਮਹਿਲ ਦੇਖਦੇ ਪਏ ਹਾਂ ਹੁਣ ਆ ਦੋ ਟੋਂਬਾਂ ਨਾਲੋਂ ਆਹ ਵਾਲਾ ਟੋਂਬ ਜ਼ਿਆਦਾ ਛੋਟਾ ਲੱਗਦਾ ਹੈ ਅਤੇ ਆਹ ਵੱਡਾ ਲੱਗਦਾ ਉਸ ਸਾਈਡ ਤੋਂ ਪਰ ਜਦੋਂ ਆਪਾਂ ਲੱਗ ਗਿਆ ਕਿ ਦੋਨਾਂ ਕੰਪੈਰੀਜ਼ਨ ਦੇਖੀਏ ਬੇਸਿਕਲੀ ਦੋਨੇ ਸੇਮ ਹੀ ਆ ਉਹਨਾਂ ਨੇ ਸਾਨੂੰ ਫੁੱਟਵੇਅਰ ਪਵਾ ਤਾਂ ਦਿੱਤੇ ਚੱਲ ਠੀਕ ਆ ਮੰਨਦੇ ਹਾਂ ਪਰ ਥੱਲੇ ਪਾਟੇ ਆ ਯਾਰ ਗੱਲ ਤਾਂ ਫਿਰ ਵੀ ਉੱਥੇ ਹੀ ਆ ਗਈ ਉਹ ਦੇਖੋ ਯਾਰ ਆਹ ਦੇਖੋ ਉਹ ਪਾਟੇ ਆ ਥੱਲੇ ਉਹ ਗੱਲ ਤਾਂ ਉੱਥੇ ਹੀ ਆ ਗਈ ਮਾਰਬਲ ਤਾਂ ਫਿਰ ਵੀ ਖਰਾਬ ਹੀ ਹੋਣਾ ਉਹ ਯਾਰ ਇੰਡੀਆ ਇੰਡੀਆ ਹੀ ਰਹਿਣਾ ਯਾਰ ਅੱਛਾ
ਅੱਛਾ ਤੇ ਮੈਂ ਇਹ ਗੱਲ ਕਹਿਣੀ ਸੀਗੀ ਕਿ ਆਹ ਹੈਗਾ ਯਮੁਨਾ ਰਿਵਰ ਬਾਅਦ ਕਹਿੰਦੇ ਜੁੱਤੀ ਚੋਰੀ ਹੁੰਦੇ ਆ ਫਿਰ ਹੁਣ ਅਸੀਂ ਚੜ੍ਹਦੇ ਪਏ ਹਾਂ ਪੌੜੀਆਂ ਉੱਤੇ ਦੇਖਣ ਲਈ ਉੱਧਰੋਂ ਪੌੜੀਆਂ ਚੜ੍ਹ ਕੇ ਤੇ ਸਿੱਧਾ ਮੇਨ ਗੇਟ ਅੰਦਰ ਥਾਣੇ ਜਾਣ ਲਈ ਅੱਛਾ ਜੇ ਤੁਹਾਡਾ ਕੋਈ ਇਰਾਦਾ ਹੈਗਾ ਕੋਈ ਤਾਜ ਮਹਿਲ ਆਉਣ ਦਾ ਤਾਂ ਹਰੇਕ ਸ਼ੁੱਕਰਵਾਰ ਤਾਂ ਨਾ ਹੀ ਆਈਓ ਕਿਉਂਕਿ ਹਰੇਕ ਸ਼ੁੱਕਰਵਾਰ ਨੂੰ ਜੁੰਮਾ ਹੁੰਦੀ ਆ ਨਮਾਜ਼ ਪੜ੍ਹਦੇ ਇੱਥੇ ਮੁਸਲਮਾਨ ਬਾਏ ਤਾਜ ਬਾਏ ਬਾਏ ਮੇਰੀ ਸੋਹਣੀ ਤੇ ਬਹੁਤ ਹੀ ਪਿਆਰੀ ਦਾਸੀ ਮੇਰੇ ਮੇਰਾ ਯਾਦ ਆਈ ਕਿ ਨਹੀਂ ਹੈ ਹੋ ਜਾਗ ਆਉਂਦੀ ਨਹੀਂ ਹੁੰਦੀ ਲੈ ਲੈ ਹੁਣ ਕੈਮਰੇ ਮੋਹਰੇ ਜਾਣਗੇ ਤੇ ਉੱਥੇ ਯਾਦ ਨਹੀਂ ਆਉਂਦੀ ਮੰਮੀ ਨੂੰ ਮੇਰੀ ਆਉਂਦੀ ਆ ਤੁਹਾਨੂੰ ਮੇਰੀ ਕਿ ਨਹੀਂ ਆਉਂਦੀ ਆ